ਰਕਵਾ ਦੇਣ ਲਈ 6,000-10,000 ਆ ਜਾਓ ਯਾਰ ਆ ਜਾਓ ਪਾਇਲ ਜਾਨੂ ਹਾਏ ਪਾ ਜੀ ਹੈਲੋ ਹਾਉ ਆਰ ਯੂ ਲਵ ਯੂ ਜੀ ਲਵ ਯੂ ਕੀ ਹਾਲ ਚਾਲ ਹੈ ਤੁਹਾਡੇ ਹਾਏ ਬ੍ਰੋ ਹਾਏ ਸਰ ਹਾਉ ਆਰ ਯੂ ਸਿੱਧੂ ਜ਼ਿੰਦਾਬਾਦ ਥੈਂਕ ਯੂ ਬ੍ਰਦਰ ਥੈਂਕ ਯੂ ਬਿਗ ਫੈਨ ਆਫ ਸਿੱਧੂ ਮੂਸੇਵਾਲਾ ਓਕੇ ਜੀ ਥੈਂਕ ਯੂ ਸਰ ਥੈਂਕ ਯੂ ਕੀ ਹਾਲ ਚਾਲ ਹੈ ਬਾਈ ਸਾਰਿਆਂ ਦੇ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਰਾਮ ਰਾਮ ਜੀ ਹਾਏ ਭਾਜੀ ਕੀ ਹਾਲ ਚਾਲ ਹੈ ਬਾਈ ਠੀਕ ਠਾਕ ਹੋ ਸਾਰੇ ਕਈ ਗੱਲਾਂ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਅਤੇ ਮੈਂ ਕਈ ਰੀਜ਼ਨਸ ਨੇ ਜਿਨ੍ਹਾਂ ਕਰਕੇ ਨਹੀਂ ਕਰ ਪਾਇਆ ਯੰਗ ਵੈਨ ਇਜ਼ ਯੰਗੈਸਟ ਇੰਚਾਰਜ ਆਊਟ ਭਰਾ ਬਹੁਤ ਜਲਦੀ ਛੇਤੀ ਤੋਂ ਛੇਤੀ ਬਾਈ ਬਹੁਤ ਜਲਦੀ ਇਹਨਾਂ ਗੱਲਾਂ ਦਾ ਵੀ ਜਵਾਬ ਦੇਣਾ ਮੈਂ ਕਿਉਂ ਨਹੀਂ ਗਾਣਾ ਕਰਿਆ ਹਾਲੇ ਤਾਈਂ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਲਈਆਂ ਵਾਹਿਗੁਰੂ ਅੱਗੇ ਦੁਆ ਕਰਦਾ ਵੀ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਇੱਕ ਨਵੀਂ ਨਿਹਾਰ ਲੈ ਕੇ ਆਵੇ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਤਰੱਕੀ ਦੇਵੇ ਖੁਸ਼ ਰੱਖੇ ਅਤੇ ਇੱਕ ਨਵੀਂ ਬੁਲੰਦੀ ਦੇ ਕੇ ਜਾਵੇ ਤੁਹਾਨੂੰ ਸਾਰਿਆਂ ਨੂੰ ਇਸ ਸਾਲ ਦੇ ਵਿੱਚ ਕੋਈ ਨਾ ਕੋਈ ਆਪਾਂ ਸਾਰੇ ਰੈਜੋਲਿਊਸ਼ਨ ਲਈਏ ਵੀ ਆਪਾਂ ਕੁਛ ਨਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਕਰਨਾ ਤਾਂ ਜੋ ਸਮਾਜ ਸੁਧਰ ਸਕੇ ਸਾਰਿਆਂ ਨੂੰ ਫਿਰ ਚੰਗੀਆਂ ਚੰਗੀਆਂ ਗੱਲਾਂ ਪਹਿਲਾਂ ਕਰਦੇ ਹਾਂ ਅਤੇ ਬਾਕੀ ਰਹੀ ਗਾਣਿਆਂ ਦੀ ਗੱਲ ਕਈ ਅਫਵਾਹਾਂ ਉੱਡ ਰਹੀਆਂ ਨੇ ਮੇਰੇ ਬਾਰੇ ਵੀ ਸਿੱਧੂ ਹੁਣ ਗਾਣੇ ਗਾਉਣ ਵੀ ਹਟ ਗਿਆ ਜੇ ਗਾਣੇ ਨਹੀਂ ਆਉਣੇ ਐਕਚੁਅਲੀ ਮੈਂ ਕਿਸੇ ਨੂੰ ਦੱਸਿਆ ਨਹੀਂ ਸੀ ਮੇਰੀ ਦੱਸਣ ਦੀ ਆਦਤ ਨਹੀਂ ਆਈ ਮੈਂ ਸਫ਼ਰ ਕਰ ਰਿਹਾ ਸੀ ਕਿਸੇ ਬਿਮਾਰੀ ਕਰਕੇ ਮੇਰੇ ਗਲੇ ਨੂੰ ਮੈਂ 6 ਮਹੀਨੇ ਹੋ ਗਏ ਮੇਰਾ ਗਲਾ ਬਿਲਕੁਲ ਹੀ ਮੈਨੂੰ ਵੋਕਲ ਕੋਰਡਸ ਯਾਨੀ ਕਿ ਸਵੈਲਿੰਗ ਆ ਗਈ ਸੀ ਤਾਂ ਕਰਕੇ ਮੈਂ ਈਵਨ ਬੋਲ ਵੀ ਨਹੀਂ ਸੀ ਸਕਦਾ ਅਤੇ ਨਾਓ ਆਮ ਫੀਲਿੰਗ ਵੈਲ ਅਤੇ ਸਾਰਾ ਠੀਕ ਹੋ ਗਿਆ ਸੋ ਤਾਂ ਕਰਕੇ ਮੈਂ ਕੁਛ ਗਾਇਆ ਨਹੀਂ ਨਾ ਮੈਥੋਂ ਗਾ ਹੁੰਦਾ ਸੀ ਸੋ ਮੈਂ ਕਾਫੀ ਟਾਈਮ ਮੈਨੂੰ ਏ ਸੀ ਨੇ ਪ੍ਰੋਬਲਮ ਦਿੱਤੀ ਅਤੇ ਮੈਂ ਹੁਣ ਦੁਬਾਰੇ ਫਿਰ ਰੀਹੈਬਲੀਏਟ ਕਰ ਲਿਆ ਅਤੇ ਠੀਕ ਹੋ ਗਿਆ ਮੈਂ ਬਾਕੀ ਠੀਕ ਹੋ ਰਿਹਾ 80% ਹੋ ਗਿਆ 20% ਰਹਿ ਗਿਆ ਅਤੇ ਬਾਕੀ ਮੁਬਾਰਕ ਭਾਅ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਪ ਤੁਸੀਂ ਬਹੁਤ ਬਹੁਤ ਠੀਕ ਹੋਵੋਗੇ ਵੀਰੇ ਆਹ ਇੱਕ ਗਾਣਾ ਮੈਂ ਹੁਣ ਆਹ ਮਹੀਨੇ ਜਨਵਰੀ ਕਰਨਾ ਅਤੇ ਬਾਕੀ ਸਾਰੇ ਮੈਂ ਇਲੈਕਸ਼ਨਸ ਤੋਂ ਬਾਅਦ ਜਿੰਨੇ ਗਾਣੇ ਕਹੋਗੇ ਉਹਨੇ ਸਾਰੀ ਅਸੀਂ 2 ਐਲਬਮਾਂ 'ਤੇ ਕੰਮ ਕਰ ਰਹੇ ਹਾਂ ਅਤੇ ਛੇਤੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਈ ਸਰਪ੍ਰਾਈਜ਼ ਨੇ ਹੈ ਨਾ ਹਾਲੇ ਮੈਂ ਜਿਹੜਾ ਇੰਸਟਾਗ੍ਰਾਮ 'ਤੇ ਵੀ ਤੁਹਾਨੂੰ ਮੈਂ ਥੋੜ੍ਹੇ ਥੋੜ੍ਹੇ ਗਾਣੇ ਪਾਉਣਾ ਹੁੰਦਾ ਟੀਜ਼ ਕਰਨ ਵਾਸਤੇ ਉਹ ਮੈਂ ਟੀਜ਼ ਨਹੀਂ ਕਰਦਾ ਹੁੰਦਾ ਬਸ ਮੈਨੂੰ ਉਹ ਹੁੰਦਾ ਵੀ ਚਲੋ ਕੁਛ ਨਾ ਤੁਹਾਨੂੰ ਡਿਲੀਵਰ ਕੀਤਾ ਜਾਵੇ ਥੋੜ੍ਹਾ ਨਹੀਂ ਤਾਂ ਬਹੁਤਾ ਪਰ ਜਿੰਨੇ ਵੀ ਆਪਣੇ ਕੱਟੜ ਯਾਰ ਨੇ ਜਿੰਨੇ ਵੀ ਆਪਾਂ ਨੂੰ ਪਿਆਰ ਕਰਦੇ ਨੇ ਵੇਟ ਐਂਡ ਵਾਚ ਵੀ ਆਰ ਸਟਿਲ ਅਰਾਊਂਡ ਅਤੇ ਆ ਨਵਾਂ ਸਾਲ 2022 ਬਹੁਤ ਕੁਛ ਲੈ ਕੇ ਆਊਗਾ ਤਕੜੇ ਰਿਹੋ ਅਤੇ ਬਸ ਮੈਂ ਤੁਹਾਨੂੰ ਇਹੀ ਦੁਆ ਕਰਦਾ ਤੁਸੀਂ ਸਾਰੇ ਠੀਕ ਹੋਵੋ ਮੈਂ ਬਿਮਾਰ ਸੀ 4-5 ਮਹੀਨਿਆਂ ਤੋਂ ਅਤੇ ਮੇਰਾ ਗਲਾ ਬਿਲਕੁਲ ਹੀ ਬੰਦ ਹੀ ਹੋ ਗਿਆ ਸੀ ਇੱਕ ਤਰ੍ਹਾਂ ਦਾ ਆਵਾਜ਼ ਨਿਕਲਣੋਂ ਹਟ ਗਈ ਸੀ ਈਵਨ ਆਈ ਕੈਨ ਸਪੀਕ ਮੈਥੋਂ ਬੋਲਿਆ ਵੀ ਨਹੀਂ ਸੀ ਜਾਂਦਾ ਪਰ ਹੁਣ ਮੈਂ ਤੁਹਾਡੀਆਂ ਦੁਆਵਾਂ ਨਾਲ ਬਿਲਕੁਲ ਠੀਕ ਹਾਂ ਅਤੇ ਮੈਂ ਉਹ ਤਾਂ ਕਰਕੇ ਨਹੀਂ ਦੱਸਣਾ ਚਾਹੁੰਦਾ ਵੀ ਕਈ ਵਾਰੀ ਬੰਦੇ ਨਹੀਂ ਦੋਏ ਅਤੇ ਸਿੰਪਤੀ 'ਚ ਲੈਣ ਵਾਸਤੇ ਮੇਰੀ ਆਵਾਜ਼ ਨਿਕਲਦੀ ਹੁਣ ਮੈਂ ਕਦੇ ਗਾ ਨਹੀਂ ਸਕਦਾ ਮੁੜ ਕੇ ਫਿਰ ਗਾਣੇ ਕੱਢੀ ਜਾਂਦੇ ਨੇ ਉਹ ਇਹਦਾ ਕੁਛ ਨਹੀਂ ਕਰਨਾ ਮੈਂ ਸੋ ਮੇਰਾ ਥੋੜ੍ਹਾ ਜਿਹਾ ਹੋ ਗਿਆ ਸੀ ਗਲੇ ਸਾਰਿਆਂ ਨੂੰ ਜਿਹੜੇ ਆਪਾਂ ਗਾਉਣ ਵਾਲੇ ਬੰਦੇ ਹਾਂ ਜਾਂ ਕੋਈ ਵੀ ਬੋਲਦਾ ਉੱਚੀ ਬੋਲਣ ਵਾਲੇ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਸੋ ਵੋਕਲ ਕੋਰਡ ਸਵੈਲ ਹੋ ਜਾਂਦੀ ਹੈ ਗਲਾ ਬੰਦ ਹੋ ਜਾਂਦਾ ਅਤੇ ਹੁਣ ਮੈਂ ਠੀਕ ਹਾਂ ਅਤੇ ਬਾਕੀ ਤਕੜੇ ਰਿਹੋ ਕੋਈ ਮੈਦਾਨ ਜਿਹੜੇ ਮੈਦਾਨ ਦੇ ਵਿੱਚ ਮੈਂ ਐਂਟਰ ਹੁੰਦਾ ਮੈਂ ਕਦੇ ਇੱਦਾਂ ਹੀ ਨਹੀਂ ਛੱਡ ਕੇ ਜਾਂਦਾ ਚਾਹੇ ਉਹ ਕੋਈ ਵੀ ਪਿੜ ਹੋਵੇ ਚਾਹੇ ਉਹ ਅਗਰ ਉਹ ਰਾਜਨੀਤਿਕ ਪਿੜ ਹੋਵੇ ਚਾਹੇ ਕਲਾਕਾਰੀ ਕਲਾਕਾਰੀ ਨੇ ਮੈਨੂੰ ਇੰਨਾ ਨਾਮ ਦਿੱਤਾ ਰੋਟੀ ਦਿੱਤੀ ਆ ਅਤੇ ਤਕੜੇ ਰਿਹੋ ਬਾਕੀ ਸਾਰੇ ਗਾਣੇ ਗਾਉਣੇ ਹੈ ਨਾ ਜਿਹੜੀਆਂ ਚੀਜ਼ਾਂ ਅਸੀਂ ਪ੍ਰੋਜੈਕਟਾਂ 'ਤੇ ਹੁਣ ਕੰਮ ਕਰ ਰਹੇ ਹਾਂ ਛੇਤੀ ਸਟਾਰਟ ਕਰ ਦਿਆਂਗੇ ਅਤੇ ਆਹ ਮਹੀਨੇ ਆਪਣਾ ਗਾਣਾ ਆਉਣਾ ਯੰਗੈਸਟ ਇਨ ਚਾਰਜ ਅਤੇ ਉਹ ਵੀ ਗਾਣਾ ਸੁਣਿਓ ਅਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਬਹੁਤ ਬਹੁਤ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ ਅਤੇ ਤਕੜੇ ਰਿਹੋ ਸਤਿ ਸ਼੍ਰੀ ਅਕਾਲ ਜੀ।